कुछ नहीं पूछना बे। चाल चलाउणे असीं बुढ़े वांगू मतलब हौली हौली। ला मज्जां कट्टियां बच्चियां सारे काम कर लैंदा उहनां नाल। ए आस मतलब मज्जां लवा भी दिंदा। ਕੀ ਕਰਨਾ ਫਿਰ ਉਹਨਾਂ ਕੋਲ ਜਾ ਕੇ ਗੱਲਾਂ ਬਾਤਾਂ ਕਰਾਂਗੇ ਦੱਸਾਂਗੇ ਲੋਕਾਂ ਨੂੰ ਕਿਵੇਂ ਕਿਹੜੇ ਭਾਅ ਪੈਂਦੀ ਆ ਦੁਬਈ ਚ ਕੈਨੇਡਾ ਵਾਲਿਆਂ ਦਾ ਤਾਂ ਪਤਾ ਹੀ ਆ ਸਭ ਨੂੰ। ਹਾਂ ਗੱਡੀ ਬਹੁਤ ਤੇਰੀ ਸੋਰੀ। ਵੈਲਕਮ ਆ ਜੀ ਤੁਹਾਡਾ ਸਾਡੇ ਵਲੌਗ ਦੇ ਵਿੱਚ ਮਿੱਤਰੋ। ਅਤੇ ਵਲੌਗ ਆਪਾਂ ਕਰਤਾ ਸਟਾਰਟ, ਸਮਾਨ ਅਸੀਂ ਚੱਕਿਆ ਹੋਇਆ, ਲੈਪਟੋਪ ਵਗੈਰਾ, ਕੈਮਰਾ ਅਤੇ ਸਟੈਂਡ, ਹੈ ਨਾ, ਮਾਈਕ ਵਗੈਰਾ ਹੈਗੇ ਨੇ ਜਿਹਦੇ ਨਾਲ ਆਪਾਂ ਪੋਡਕਾਸਟ ਕਰਦੇ ਹੁੰਦੇ ਹਾਂ। ਲੇਕਿਨ ਇਹ ਸਾਡਾ ਪਲਾਨ ਥੋੜ੍ਹਾ ਡਿਫਰੈਂਟ ਆ। ਜੇ ਸਾਨੂੰ ਸਪੇਸ ਮਿਲਿਆ ਉੱਥੇ ਮਤਲਬ ਦੇਖਦੇ ਹਾਂ ਕਿਵੇਂ ਕੀ ਬਣਦਾ ਜਾ ਕੇ। ਲੇਕਿਨ ਸਾਡਾ ਮੇਨ ਟਾਰਗੇਟ ਕੀ ਆ, ਟਾਰਗੇਟ ਹੈਗਾ ਆਪਣਾ ਇੱਕ ਚੱਲਿਆ ਮੁੰਡੇ ਕੋਲ ਡਰਾਈਵਰ ਆ ਇੱਥੇ, ਟਰੱਕ ਡਰਾਈਵਰ। ਅਤੇ ਉਹ ਤੋਂ ਪੁੱਛਾਂਗੇ ਆਪਾਂ ਸਾਰੇ ਸਵਾਲ ਜਵਾਬ ਕਰਾਂਗੇ ਵੀ ਟਰੱਕ ਡਰਾਈਵਰ ਦੀ ਲਾਈਫ ਇਸ ਵਕਤ 2023 ਚੱਲਦਾ ਅਤੇ ਹੁਣ ਦੇ ਹਿਸਾਬ ਨਾਲ ਕਿਵੇਂ ਆ ਅਤੇ ਪਹਿਲਾਂ ਕਿਵੇਂ ਸੀਗੀ, ਹੈ ਨਾ, ਕੀ ਕੁਛ ਕਰਨਾ ਪੈਂਦਾ ਡਰਾਈਵਿੰਗ ਲਾਇਸੈਂਸ ਲੈਣ ਲਈ ਦੁਬਈ ਦੇ ਵਿੱਚ। ਇਹ ਸਾਰੀ ਇਨਫੋਰਮੇਸ਼ਨ ਆਪਾਂ ਮਤਲਬ ਅੱਜ ਟਰਾਈ ਕਰਾਂਗੇ ਕੈਪਚਰ ਕਰਨ ਦੀ, ਠੀਕ ਹੈ ਨਾ। ਬਾਬਾ ਮਿਲਦਾ ਫਿਰ ਰਾਹ ਵਿੱਚ, ਕਰ ਲਿਆ ਚੈੱਕ, ਓਕੇ ਆ ਸਭ, ਇੰਜਣ ਦੇਖੀ ਲੈ, ਥੋੜ੍ਹੀ ਲਾਈਟ ਮਾਰਨੀ ਪੈਣੀ। ਲੋ ਵੀ ਗੱਡੀ ਦਾ ਆਪਾਂ ਨਿਜ਼ਾਮ ਚੈੱਕ ਕਰ ਲਿਆ, ਪਾਣੀ ਪੂਣੀ ਜੋ ਵੀ ਆ ਸਾਰਾ ਕੁਛ, ਆਇਲ ਓਇਲ ਜੋ ਵੀ ਆ, ਹੈ ਨਾ, ਅਤੇ ਕਰ ਲੈਂਦੇ ਹੁੰਦੇ ਹਾਂ ਕਦੇ ਕਦੇ, ਸਾਨੂੰ ਪਤਾ ਉਹ ਇੱਥੇ ਕਦੋਂ ਕੀ ਚੇਂਜ ਕਰ ਦਿੰਦੇ ਕੁਛ ਪਤਾ ਨਹੀਂ ਇਹਨਾਂ ਦਾ, ਹੈ ਨਾ। ਸਹੀ ਗੱਲ ਆ, ਦੇਖ ਲੈ ਉਹ ਉੱਧਰ ਸਪਾਟ ਚੱਲਦੀ ਹੁਣੀ, ਹਾਂ ਸਪਾਟ ਉਹ ਗਣ ਬਣ ਰਹੀ ਹੈ ਗੱਲ, ਤਾਂ ਕਰਕੇ ਤੁਹਾਨੂੰ ਦਿਖਾਉਂਦੇ ਹਾਂ ਬਾਹਰਲਾ ਮਾਹੌਲ। ਸਪਾਟ ਚੱਲ ਰਹੀ ਹੈ, ਰੋਡ ਬਣ ਜਾਣਾ ਥੋੜ੍ਹੇ ਟਾਈਮ ਤੱਕ। ਉਹ ਗਿਆ ਮਤਲਬ ਤੇਲ ਲੈਣ, ਆਇਲ ਚਾਹੀਦਾ ਸੀ ਗੱਡੀ 'ਚ ਪਾਉਣਾ ਸੀਗਾ, ਠੀਕ ਹੈ, ਅਤੇ ਉਹ ਚੱਲ ਉੱਧਰੋਂ ਸੌਦਾ ਮਾਰਨਗੇ ਆਪਾਂ, ਸ਼ਾਰਜਾ ਦੀ ਮਾਰਕੀਟ ਹੈ, ਇੱਥੋਂ ਥੋੜ੍ਹਾ ਸਮਾਨ ਵਧੀਆ ਮਿਲ ਜਾਂਦਾ ਸਸਤਾ, ਅਤੇ ਜਦੋਂ ਆਉਂਦਾ ਫਿਰ ਆਪਾਂ ਪਾ ਕੇ ਇੰਜਣ ਆਇਲ ਸਾਰਾ ਕੁਛ ਇਹਦੀ ਤਰਤੀਬ ਫੁੱਲ ਕਰਕੇ ਐਨ ਘੈਂਟ, ਅਤੇ ਸਾਰਾ ਕੁਛ ਚੈੱਕ ਕਰਕੇ ਫਿਰ ਨਿਕਲਾਂਗੇ ਆਪਾਂ। ਮੈਂਟੇਨੈਂਸ ਚਾਹੀਦੀ ਹੁੰਦੀ ਹੈ ਨਾ ਫਿਰ ਗੱਡੀ ਨੂੰ ਵੀ। ਹਾਂ ਦੱਸ ਮੈਨੂੰ ਕੀ ਕਰਨਾ। ਹਾਂ ਕੰਮ ਪਲਾਸ ਲੈ ਲਾ ਇੱਥੋਂ ਵੀ ਤੋਂ, ਇਹਨੂੰ ਸਾਫ ਕਰ ਲੈਂਦੇ ਹਾਂ ਆਪਾਂ। ਮਿਲਿਆ ਆਹ ਤਾਂ ਹੁਣ ਤਾਂ ਪੈ ਜਾਣਾ, ਆਈ ਸ਼ਾਬਾਸ਼। ਇਹਨੂੰ ਸਾਫ ਕਰ ਦੇਣਾ, ਲੱਤਾਂ ਨਾ ਤੋੜ ਦੀ ਭਾਈ, ਬਸ ਕਰ ਬਸ ਬੰਦਾ ਵਿੱਚ।
मामा पिछे रुले आउंदा ढक्कन साफ कर लिया खिच उत्ते बस इन्हें ध्यान नहीं हम खिची रखना पिछे खिच उत्ते हाँ ला भी पा दिन ध्यान ना पाई डब डब जी करू इम्तिहान है तेरा हुण आई आई आराम नाल पैना एक लई नाली बस पक्का जा मारू फिर बाहर डुल्लू बंदा तुसी भी कोई भी सर्विस करवानी है बंदा अपने कोल हैगा सारे काम कर लैंदा ये ठीक है जी ला मझां कट्टियां बछियां सारे काम कर लैंदा उन्हां नाल ये आस मतलब मझां लवा भी दिंदा शुक्र आए नहीं कहता ला दिंदा हां आए नहीं कहता मझां कट्टियां ला दिंदा जो मर्जी समझ लियो लेकिन काम दा बंदा ये गड्डिया पूरी रैली मतलब अभी चेक थोन ला दो बड़े भी कहे बंदे कैम है ना भी चेक करके तुरदे नहीं भाई छे महीने बाद चेक करी चलो मिलते हैं फिर थोनू गड्डी अंदर भाई हूँ इन गड्डी चला के रखना दो चार मिनट असी इंजन थोड़ा रॉ मतलब ऑयल जहा घूम जू सही है ये ही धक्का करीद असी दूजी ना नहीं करते जी अपनी उधर खड़ी है अस्तांग जी अस्तांग ही धक्का कर हों ही नहीं उन्होंने ऐसा वैसा धक्का करेंगे साली बड़ा खर्चा कढ़ दूगी ये यह जी गड्डी है कि इनू जो मर्जी मतलब ये सियाना पोता साडा है ਇਹ ਵਿਚਰ ਦੀ ਨਹੀਂ ਹੈਗੀ ਸੁਖਨਾਥ ਤੱਕ ਉਹਨੇ ਵੀ ਨਹੀਂ ਖਰਚਾ ਕੱਢਿਆ ਆਪਣੇ ਕੋਲ ਤਾਂ ਹਾਂ ਉਹ ਵੀ ਸਮੂਥ ਚਾਲ ਚਲਾਉਣੇ ਅਸੀਂ ਬੁੜਿਆਂ ਵਾਂਗੂ ਮਤਲਬ ਹੌਲੀ ਹੌਲੀ ਆਪਣੇ ਨਾਲ ਭਜਾਉਣੇ ਸੀ ਜਾਂਦੇ ਪੁਰਾਣਾ ਵਲੌਗ ਤੁਹਾਨੂੰ ਵਧੀਆ ਲੱਗਿਆ ਦੱਸਿਓ ਮਿੱਤਰੋ ਹੋਰ ਅੱਗੇ ਆਪਾਂ ਕਰਦੇ ਹਾਂ ਕੋਈ ਕੰਟੈਂਟ ਦਾ ਬੰਦੋਬਸਤ ਤੁਹਾਡੇ ਲਈ ਆ ਦੇ ਗੜਗੜ ਦੀ ਘੁਲਦਾ ਨਾ ਹੁਣ ਘੁੱਟਾਂ ਭਰਦੀ ਹੈ ਨਾ ਇਦਾਂ ये गड्डी ना मैं 5 साल चलाई है वधिया चली है मित्रों आप जबल वाली आए थे जिम्मे थो दसिया हो गई मैंगो मार्केट तो हम चल वापस रूटीन अपनी ये रूटीन हैगी एवरी वीक हफ्ते चे तो आता रहता रेगूलर मैं ही हफ्ते बाद आना हूं बहरला माहौल देखो फिर तुम दिखा जबल वाली ये पुराना माहौल है तुम देख चुके हो ऑलरेडी लेकिन मैं तुम्हें फिर दिखा दिना क्यों असली मैं लो भी मित्रों आप आ गए जब जबल अली तो सीधा घरे आ गए ते घरे आके फिर जवाक ओ बेटा आपू मित्रों बेटा मित्रों का मीन तो फ्रेंड्स दोस्त ते अपना पीएमबी पुत इंडिया का पीएमबी मित्रों बोलता करके आप मित्रों बोलने ठीक है मैं पीएम मोदी हैलो बोलता जाकी हुण इन्हां दी जिद सी कि मतलब आपां चलीए लैके जवाकां नूं उहदी उहदी स्पैशल आप उहदी कि इन्हां नूं इहनूं डिनर कराया जावे बाहर घूमी घूमी जांदे कहिंदे ना अजकल कलेश पाउंदे जवाक हर एक गल ते घूमी घूमी जाणा घूमी घूमी जाणा हुण हो रही इन्हां दी घूमी घूमी रात दे वज गए 9:30 मैं भी वेहला ते इह वी हुण असीं लैके चलने घूमी घूमी विद ऑल फैमिली चलो जी मिलदे फिर कोई गल्लबात
ਸਨੇਹਾ ਦੇਣਾ ਦੇ ਦੇ ਹੁਣ ਫਿਰ ਜਿਹੜਾ ਸਨੇਹਾ YouTube ਤੇ ਆਪਾਂ ਸ਼ਾਰਟ ਵੀਡੀਓ ਅਪਲੋਡ ਕੀਤੀ ਆ ਕਿ ਜਿਹੜੀਆਂ ਕੁੜੀਆਂ ਵੀਡੀਓ ਬਣਾਉਂਦੀਆਂ ਨੇ ਉਹ ਜਾ ਕੇ ਦੇਖ ਲਿਓ ਠੀਕ ਹੈ ਜੀ ਚੰਗਾ ਤੇ ਅੱਜ ਹੋਰ ਵੀਡੀਓ ਪਾਵਾਂਗੇ ਆਪਾਂ ਮਤਲਬ ਜੋ ਸਕਰੋਲ ਕਰਾਂਗੇ ਸਾਹਮਣੇ ਆਉਣਗੀਆਂ ਤਾਂ ਪਾਵਾਂਗੇ ਠੀਕ ਆ ਕਿਉਂਕਿ ਕੁੜੀਆਂ ਨੇ ਤਾਂ ਬਹੁਤ ਹੀ ਹੱਥ ਚੱਕੀ ਆ ਬਹੁਤ ਹੀ ਜ਼ਿਆਦਾ ਚੱਕੀ ਆ ਇੱਕ ਬਸ ਹੋਰ ਵੀ ਮੈਸੇਜ ਤੇਰੇ ਵੱਲੋਂ ਨਹੀਂ ਯਾਰ ਆਹੀ ਆ ਬਈ ਥੋੜਾ ਯਾਰ ਕੰਟਰੋਲ ਹੈ ਕੈਮਰਾ ਇੱਥੇ ਵੀ ਰੱਖ ਲਓ ਫੇਸ ਸਿੱਧਾ ਨਾਰਮਲ ਜਿਵੇਂ ਅਸੀਂ ਬਣਾ ਰਹੇ ਹਾਂ ਅਸੀਂ ਮਤਲਬ ਹੁਣ ਤੱਕ ਤਾਂ ਸਾਨੂੰ ਇਹ ਲੱਗਿਆ ਵੀ ਮਤਲਬ ਉਮਰ ਵੀ ਹੋ ਗਈ ਖਾਸੀ ਤੇ ਐਕਸਪੀਰੀਅੰਸ ਵੀ ਲਾਈਫ ਦਾ ਕਾਫੀ ਹੋ ਗਿਆ ਹੁਣ ਤੱਕ ਤਾਂ ਇਹ ਲੱਗਦਾ ਕਿ ਕੈਮਰਾ ਬਣਿਆ ਫੇਸ ਨੂੰ ਕੈਪਚਰ ਕਰਨ ਲਈ ਪਿਛਵਾੜੇ ਨੂੰ ਕੈਪਚਰ ਕਰਨ ਲਈ ਕਦੋਂ ਬਣ ਗਿਆ ਕੈਮਰਾ ਉਹ ਪਤਾ ਨਹੀਂ ਲੱਗਿਆ 2023-22-19 ਜਦੋਂ ਦੀ ਆ ਟਿਕਟੋਕ ਜੀ ਆਈ ਆ ਕੁੜੀਆਂ ਇੰਨੀਆਂ ਬਦਦਿਮਾਗ ਹੋ ਜਾਣਗੀਆਂ ਜਾਂ ਇੰਨੀਆਂ ਅੰਨੀਆਂ ਹੋ ਜਾਣਗੀਆਂ ਉਹ ਪਤਾ ਨਹੀਂ ਸੀ ਸੋਚਿਆ ਨਹੀਂ ਸੀ ਸਾਰੀਆਂ ਨਹੀਂ ਕੁਛ ਕੁੜੀਆਂ ਸਹੀ ਆ ਉਹਨੇ ਵੀਡੀਓ ਆਪਾਂ ਸ਼ੇਅਰ ਕਰਾਂਗੇ ਕਿਆ ਸੁਣੀ ਮੈਂ ਬਸ ਵਾਸੀ ਲੈ ਰਹੀ ਸੀ ਕੈਮਰਾ ਦਾ ਜਿਹਦੀ ਕੈਮਰਾ ਕੀਤਾ ਨਾ ਹਾਂ ਆਪਾਂ ਪੁਰਾਣੇ ਵਾਲੇ ਕੈਫੇ ਤੇ ਆਏ ਆ ਮਤਲਬ ਰੈਗੂਲਰ ਆਪਾਂ ਇੱਥੇ ਆਉਂਦੇ ਹੁੰਦੇ ਆ ਇਹਨਾਂ ਦੀ ਫਿਸ਼ ਤੇ ਚਾਰਕੋਲ ਚਿਕਨ ਹੋਰ ਤੇ ਚਿਕਨ ਲੋਲੀਪੋਪ ਆਰਡਰ ਕੀਤਾ ਫਿਰ ਆਪਾਂ ਆਉਂਦਾ ਦੇਖਦੇ ਆ ਕਿਉਂ ਆਹੂ ਗੋਸਟ ਕਿਉਂ ਸੁਣੀ ਯੈਸ ਤੂੰ ਕੀ ਸਿੱਧੂ ਸ਼ਾਹ ਸ਼ੂ ਪੀ ਲਓ ਸ਼ੂ ਪੀ ਲਓ ਜਿੱਦਾਂ ਸ਼ੂ ਸ਼ੂ ਹਮੂਸ ਆ ਗਈ ਹੈ ਸੁਣੀ ਹਮੂਸ ਆ ਗਈ ਹੈ ਗਾਰਲਿਕ ਸੌਸ ਨਹੀਂ ਗਾਰਲਿਕ ਸੌਸ ਹੈ ਗਾਰਲਿਕ ਹੋ ਗਈ ਹਮੂਸ ਆਹੂ ਸ਼ੂ ਪੀ ਲਓ ਸ਼ੂ ਹੁਣ ਤੂੰ ਦੱਸੇਗਾ ਵੀ ਮੈਨੂੰ ਬਾਹਰ ਵੀ ਲੈ ਗਏ ਸੀ ਹਮੂਸ ਬੋਲ ਸੁਣੀ ਕੁਝ ਆਪੂ ਬਲੌਗ ਆ ਰਹੀ ਹੈ ਅਜੇ ਕੀ ਪੁੱਛਣਾ ਚਾਹੁੰਦੀ ਮੇਰੇ ਤੋਂ ਪੁੱਛ ਲਿਆ ਕਰ ਕੁਛ ਨਹੀਂ ਪੁੱਛਣਾ ਬੈ ਲਤੂਸ ਯਾ ਲਤੂਸ ਲਤੂਸ ਮੈਂ ਫੂਡ ਦਾ ਵੇਟ ਕਰ ਰਹੇ ਹਾਂ ਤੇ ਫੂਡ ਆ ਜਾਊਗਾ ਫਿਰ ਆਪਾਂ ਇੰਜੋਏ ਕਰਦੇ ਹਾਂ ਆਪਾਂ ਹੈ ਕਿ ਨਹੀਂ ਤੈਨੂੰ ਵਧੀਆ ਲੱਗਿਆ ਆਫ ਕੋਰਸ ਅੱਧਾ ਰਹਿ ਨਹੀਂ ਵਧੀਆ ਵੀ ਲੱਗੇ ਬਾਹਰ ਹੀ ਹੋਏ ਨੂੰ ਵਧੀਆ ਲੱਗਿਆ ਹੁਣ ਤੋਂ ਨੈਕਸਟ ਵੀਕ ਤਾਂ ਨਹੀਂ ਕਹੇਗਾ ਵੀ ਮੈਨੂੰ ਬਾਹਰ ਨਹੀਂ ਲੈ ਕੇ ਜਾਂਦੇ ਮੈਨੂੰ ਉਹ ਨਹੀਂ ਕਰਦੇ ਨੋ ਤੇਰੀ ਅੱਗੇ ਆ ਗਏ ਕਹਿਣ ਠੀਕ ਹੈ ਚਲੋ ਓਕੇ ਬਾਬਾਸ ਬਾਏ ਚਿਕਨ ਗ੍ਰਿਲ ਆ ਗਿਆ ਬਈ ਬਲੈਕ ਪੈਪਰ ਫਿਸ਼ ਆ ਗਈ ਬਲੈਕ ਪੈਪਰ ਚਿਕਨ ਲੋਲੀਪੋਪ ਆਹੂ ਵਾਟ ਐਲਸ ਯੂ ਨੀਡ ਨਥਿੰਗ ਓਨਲੀ ਕੋਕ ਯੂ ਉਹ ਖਾਣ ਦੇ ਹੁਣ ਚਾ ਠੀਕ ਆ ਵਾਈ ਵਾਈ ਹਾਂ ਬਈ ਕਿੱਦਾਂ ਰਿਹਾ ਢੱਡ ਫੁੱਲ ਰਿਹਾ ਪੂਰਾ ਢੱਡ ਪਾਟਣੇ ਆ ਗਿਆ ਭੈਣ ਚੋ ਪੀ ਪੀ ਕੇ ਆਰਡਰ ਕਰਨ ਲੱਗਾ ਨਾ ਪੁੱਛ ਅੱਜ ਆਰਡਰ ਗਲਤ ਹੋ ਗਿਆ ਜਲਦੀ ਜਲਦੀ ਭਰੇ ਜਾ ਭਰੇ ਜਾ ਭਰੇ ਜਾ ਕਿੱਦਾਂ ਰਿਹਾ ਸੌਦਾ ਬਹੁਤ ਵਧੀਆ ਬਈ ਵਧੀਆ ਸੀ ਪਸੀਨੇ ਆ ਗਏ ਖਾ ਕੇ ਪਕਣ ਨਾ ਆਪਾਂ ਇੱਥੇ ਆਉਨੇ ਆ ਆਲਵੇਸ ਟੇਸਟੀ ਤਾਂ ਹੁੰਦਾ ਹੀ ਆ ਆਰਡਰ ਵੱਧ ਕਰ ਦਿੰਦਾ ਯਾਰ ਫੇਰ ਕਰੂਗਾ ਖਾ ਲਓ ਇਹ ਨਹੀਂ ਕਰਨਾ ਮੂੰਹ ਦੇ ਹਿਸਾਬ ਮੂੰਹ ਤਾਂ ਦੇਖ ਕਿੱਡੇ ਕਿੱਡੇ ਭੈਣ ਚੋ ਤਾਂ ਆਪਣੇ ਵੱਧ ਖਾਣਾ ਪੈਂਦਾ ਹੋਰ ਇਸ ਵਾਰ ਤਾਂ ਵੀ ਜਾਣੀ ਕਿ ਪੈਕ ਕਰਾ ਕੇ ਲਿਆਂਦਾ ਖਾਧਾ ਨਹੀਂ ਆ ਸਹੀ ਗੱਲ ਕਾਹਨੂੰ ਮੈਥੋਂ ਥੋੜ੍ਹਾ ਆਰਡਰ ਜ਼ਿਆਦਾ ਦੇ ਹੋ ਗਿਆ ਹਾਂ ਅਗਲੀ ਵਾਰ ਤਾਂ ਆਪਾਂ ਉਹਨੂੰ ਕੱਟ ਕਰ ਦੇਣਾ ਕਿਉਂਕਿ ਖਾਣ ਪੀਣ ਵਾਲੇ ਮਤਲਬ ਰੱਜ ਕੇ ਅਸੀਂ ਦੋਨੇ ਹੀ ਹਾਂ ਬਾਕੀ ਤਾਂ ਥੋੜ੍ਹਾ ਥੋੜ੍ਹਾ ਖਾ ਕੇ ਰੱਜ ਜਾਂਦੇ ਆ ਚੱਲ ਵੀ ਮੱਖਣਾ ਮੋਟਲਾ ਗੱਡੀ ਕਰੀਏ ਬਿਸਮਿਲ੍ਲਾ ਪਸੀਨਾ ਆ ਗਿਆ ਇੱਥੋਂ ਤੁਰ ਕੇ ਆਏ ਤੇ ਬਾਕੀ ਜਿਹੜਾ ਚਿਕਨ ਚੁਕਰ ਖਾਧਾ ਉਹ ਸਪਾਈਸੀ ਸੀਗਾ ਹੁਣ ਆਪਾਂ ਚੱਲੇ ਘਰ ਨੂੰ ਰੱਜ ਕੇ ਤੁੰਨ ਕੇ ਜਵਾਕਾਂ ਦੀ ਜੈਦ ਨੂੰ ਪੂਰਾ ਕਰਕੇ ਅਸੀਂ ਤਾਂ ਘਰ ਹੀ ਰੋਟੀ ਪਾਣੀ ਖਾਣ ਵਾਲੇ ਬੰਦੇ ਹਾਂ ਮਤਲਬ ਕਿ ਰੁੱਖੀ ਮਿੱਸੀ ਜਵਾਕਾਂ ਦਾ ਸੁਣਨਾ ਪੈਂਦਾ ਕਦੇ ਕਦੇ ਹੈ ਕਿ ਨਹੀਂ ਤੇ ਬਸ ਉਹ
ਆਪ ਉਹਦੀ ਚੋਇਸ ਸੀ ਵੀ ਇੱਥੇ ਲੈ ਕੇ ਆਓ ਤਾਂ ਫਿਰ ਇੱਥੇ ਲੈ ਆਉਂਦਾ ਇਹਨੂੰ ਖਾਧਾ ਉਹਨੇ ਆਪ ਇੰਨਾ ਕੀ ਆ ਭੋਰਾ ਕੁ ਤੇ ਸਾਡੇ ਪੈਸੇ ਖਰਚਾਤੇ ਇਹਨੇ ਕਿਉਂ ਆਪੂ ਓਕੇ ਫਿਰ ਬਾਬਾ ਘਰ ਜਾ ਕੇ ਮਿਲਦੇ ਬਾਬਾ ਗੁੱਡ ਨਾਈਟ